ਦਿੰਦੇ ਸੀ ਤੇ ਕਮਰੇ 'ਚ ਬੰਦ ਕਰ ਕਰ ਉਹਨੂੰ ਰਵਾਇਆ ਰੀਚਣ ਤੜਫਾ ਤੜਫਾ ਕੇ ਮਾਰਿਆ ਕੁਛ ਮੇਰੀ ਛੋਟੀ ਜੀ ਬੱਚੀ ਮੇਰੇ ਘਰ ਵਾਲੇ ਨੇ ਮੇਰੇ ਅੱਖਾਂ ਦੇ ਸਾਹਮਣੇ ਮਾਰਤੀ ਪਰਸੋਂ ਦਸਾਂ ਮਹੀਨਿਆਂ ਦੀ ਬੱਚੀ ਮੇਰੀ ਛੋਟੀ ਜੀ ਵੀਰ ਜੀ ਜਦੋਂ ਦਾ ਬੱਚੇ ਦਾ ਜਨਮ ਹੋਇਆ ਸੀ ਇਹਨਾਂ ਨੇ ਉਸ ਦਿਨ ਤੋਂ ਹੀ ਨਾਤਾ ਤੋੜ ਦਿੱਤਾ ਸੀ ਭੈਣ ਨਾਲ ਇੱਕੋ ਗੱਲ 'ਤੇ ਅੜਦੇ ਸੀ ਸਾਡਾ ਬੱਚਾ ਨਹੀਂ ਹੈਗਾ ਸਾਡੇ ਕੋਲ ਵੀਡੀਓ ਰਹਿ ਗਈਆਂ ਇਕੱਲੇ ਹੁੰਦੀਆਂ ਅਸ ਦੀਦੀਆਂ ਖੇਡਦੀ ਦੀਆਂ ਮਾੜੂ ਵੀ ਪਿਓੜੂ ਵੀ ਸਿੱਧਾ ਨੂੰ ਸਜ਼ਾ ਬਰਾਬਰ ਮਿਲਣੀ ਚਾਹੀਦੀ ਹੈ ਮਦਰ ਮੈਨੂੰ ਕਹਿੰਦੇ ਸੀਗੇ ਕਿ ਬੱਚਾ ਸਾਡੇ ਬੇਟੇ ਦਾ ਨਹੀਂ ਗਾ ਉਹ ਪਹਿਲਾਂ ਹੀ ਮੇਰੇ 'ਤੇ ਗਲਤ ਇਲਜ਼ਾਮ ਲਾਉਣ ਲੱਗ ਪਏ ਆਪਦੇ ਪਿੰਡ ਵਿੱਚ ਗਲਤ ਗੱਲਾਂ ਕਰਨ ਲੱਗ ਪਏ ਕਿ ਬੱਚਾ ਪਿੱਛੋਂ ਲੈ ਕੇ ਗਈ ਹੈ ਫਿਰ ਮੈਨੂੰ 6:30 ਪੌਣੇ 6 ਫੋਨ ਆ ਗਿਆ ਅਮਨਦੀਪ ਦਾ ਕਹਿੰਦੀ ਵੀਰੇ ਇਹਨਾਂ ਰਹਿਮਤ ਨੂੰ ਮਾਰ ਦਿੱਤਾ ਆ ਅਤੇ ਡੈਡੀ ਦੇ ਅਤੇ ਮੇਰੇ 'ਤੇ ਪਰਚਾ ਕਟਾਉਣ ਲੱਗੇ ਆ ਵੀ ਇਹਨਾਂ ਨੇ ਕੁੜੀ ਮਾਰੀ ਆ ਕੁੜੀ ਨਾ ਮਾਰੀ ਆ ਬਾਕੀ ਬਾਅਦ 'ਚ ਇਹਨੇ ਇੰਨੀ ਗੱਲ ਕਹੀ ਅਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹਨੇ ਮਨਿੰਦਰ ਨੂੰ ਫੋਨ ਕਰ ਦਿੱਤਾ ਆ ਉਹ ਕੁੜੀ ਨੂੰ ਛੱਡ ਕੇ ਭੱਜ ਗਈ ਉੱਥੇ ਫਿਰ ਉਹ ਮੈਨੂੰ ਬਲੈਕਮੇਲ ਕਰਦੇ ਸੀਗੇ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀਗੇ ਉਹਨਾਂ ਦੇ ਫਾਦਰ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀਗੇ ਉਹਨਾਂ ਦੀ ਮਦਰ ਵੀ ਮੈਂ ਗਵਾਉਣਾ ਨਹੀਂ ਚਾਹੁੰਦਾ ਸੀ ਉਹਨੂੰ ਜਿੰਨਾ ਕੁ ਉਹਨੇ ਮੈਂ ਖਰਚਾ ਕੀਤਾ ਸੀ ਪਰ ਉਹ ਕਹਿੰਦੇ ਡੈਡਾ ਬੱਚਾ ਤੁਹਾਡਾ ਮੈਂ ਕਿਹਾ ਚਲੋ ਮੇਰੀ ਭੈਣ ਨੂੰ ਬਚਾ ਦਿਓ ਬੱਚੇ ਨੂੰ ਤਾਂ ਚਲੋ ਚੋਣਾ ਸੀ ਹੋ ਗਿਆ ਹੁਣ ਅਮਨਦੀਪ ਕੌਰ ਵੀ ਮੇਰੀ ਛੋਟੀ ਜੀ ਬੱਚੀ ਮੇਰੇ ਘਰ ਵਾਲੇ ਨੇ ਮੇਰੇ ਅੱਖਾਂ ਦੇ ਸਾਹਮਣੇ ਮਾਰਤੀ ਪਰਸੋਂ ਦਸਾਂ ਮਹੀਨਿਆਂ ਦੀ ਬੱਚੀ ਮੇਰੀ ਛੋਟੀ ਜੀ ਕਿੰਨਾ ਸਮਾਂ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਤੇ ਕਿੱਥੇ ਤੁਹਾਡੀ ਮੈਰਿਜ ਹੋਈ ਮੇਰੇ ਵਿਆਹ ਨੂੰ 1.5 ਸਾਲ ਹੋ ਗਿਆ ਵਿਆਹ ਹੋਏ ਨੂੰ ਮੇਰੇ ਨੂੰ ਮੇਰਾ ਵਿਆਹ ਪਿਛਲੇ ਸਾਲ ਫਰਵਰੀ 'ਚ ਹੋਇਆ ਸੀਗਾ ਪਿੰਡ ਰਣਜੀਤਗੜ੍ਹ ਹੋਇਆ ਸੀ ਪਿੰਡ ਮੇਰਾ ਵਿਆਹ ਉਹ ਫੌਜ ਵਿੱਚ ਸੀਗੇ ਉਹਨਾਂ ਨੂੰ 8 ਸਾਲ ਹੋ ਗਏ ਫੌਜ ਵਿੱਚ ਨੌਕਰੀ ਕਰਦੇ ਉਹਨਾਂ ਦੀ ਅੰਬਾਲਾ ਡਿਊਟੀ ਇਸ ਟਾਈਮ ਵਿਆਹ ਤੋਂ 2 ਮਹੀਨਿਆਂ ਬਾਅਦ ਸਾਡੇ ਘਰ ਲੜਾਈ ਝਗੜੇ ਸ਼ੁਰੂ ਹੋ ਗਏ ਸੀਗੇ ਉਹ ਮੈਨੂੰ ਟੋਰਚਰ ਕਰਦੇ ਸੀ ਮੈਨੂੰ ਉਹ ਮੇਰੇ ਤੋਂ ਦਾਜ ਮੰਗਦੇ ਸੀਗੇ ਲੜਾਈ ਝਗੜੇ ਕਰਦੇ ਸੀ ਨਿੱਕੀ ਨਿੱਕੀ ਗੱਲ 'ਤੇ ਫਿਰ ਲੜਨਾ ਸ਼ੁਰੂ ਕਰਤਾ ਉਹਨਾਂ ਨੇ ਮੇਰੇ ਨਾਲ ਗੱਲ ਵੱਧਦੀ ਵੱਧਦੀ ਵੱਧ ਗਈ ਉਹਨਾਂ ਨੇ 6 ਮਹੀਨਿਆਂ ਬਾਅਦ ਮੈਨੂੰ ਆਪਦੇ ਘਰੋਂ ਕੱਢ ਦਿੱਤਾ ਉਦੋਂ ਬਾਅਦ ਮੈਂ ਆਪਦੇ ਪੇਕਿਆਂ 'ਤੇ ਰਹਿੰਦੀ ਸੀਗੀ ਜੀ ਉਹਨਾਂ ਨੇ ਵਿਆਹ ਦੇ 6 ਮਹੀਨਿਆਂ ਬਾਅਦ ਮੈਨੂੰ ਘਰੋਂ ਕੱਢ ਦਿੱਤਾ ਉਦੋਂ ਮੇਰੇ ਬੱਚਾ ਹੋਣ ਵਾਲਾ ਸੀ ਜੀ ਉਹਨਾਂ ਨੂੰ ਸਭ ਪਤਾ ਸੀਗਾ ਉਹਨਾਂ ਨੇ ਕਿਹਾ ਸੀ ਸਾਡੇ ਘਰੋਂ ਚਲੀ ਜਾ ਜੀ ਉਹਨਾਂ ਨੇ ਕਿਹਾ ਆਪਦੇ ਪੇਰੈਂਟਸ ਨੂੰ ਕਿਹਾ ਇਹਨੂੰ ਘਰੇ ਨਹੀਂ ਰੱਖਣਾ ਇਹਨੂੰ ਘਰੋਂ ਕੱਢ ਦਿਓ ਧੱਕੇ ਮਾਰ ਕੇ ਰੀਜ਼ਨ ਉਹ ਪਹਿਲਾਂ ਤਾਂ ਕਹਿੰਦੇ ਸੀ ਸਾਨੂੰ ਦਿੱਤਾ ਕੁਛ ਨਹੀਂ ਦਾਜ ਵਿੱਚ ਇਹਨਾਂ ਨੇ ਫਿਰ ਉਹ ਮੈਨੂੰ ਬਲੈਕਮੇਲ ਕਰਦੇ ਸੀਗੇ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀਗੇ ਉਹਨਾਂ ਦੇ ਫਾਦਰ ਮੇਰੇ ਨਾਲ ਗਲਤ ਹਰਕਤਾਂ ਕਰਦੇ ਸੀਗੇ ਉਹਨਾਂ ਦੀ ਮਦਰ ਵੀ ਮੈਨੂੰ ਟੋਰਚਰ ਕਰਦੇ ਸੀਗੇ ਮਦਰ ਮੈਨੂੰ ਕਹਿੰਦੇ ਸੀਗੇ ਕਿ ਬੱਚਾ ਸਾਡੇ ਬੇਟੇ ਦਾ ਨਹੀਂ ਗਾ ਉਹ ਪਹਿਲਾਂ ਹੀ ਮੇਰੇ 'ਤੇ ਗਲਤ ਇਲਜ਼ਾਮ ਲਾਉਣ ਲੱਗ ਪਏ ਆਪਦੇ ਪਿੰਡ ਵਿੱਚ ਗਲਤ ਗੱਲਾਂ ਕਰਨ ਲੱਗ ਪਏ ਕਿ ਬੱਚਾ ਪਿੱਛੋਂ ਲੈ ਕੇ ਗਈ ਹੈ ਬੱਚੇ 'ਤੇ ਇਲਜ਼ਾਮ ਲਾਉਣ ਲੱਗ ਪਏ ਕਿ ਬੱਚਾ ਸਾਡੇ ਬੇਟੇ ਦਾ ਨਹੀਂ ਹੈਗਾ ਗਾ ਜਦਕਿ ਉਹਨਾਂ ਦੇ ਬੇਟੇ ਨੂੰ ਪਤਾ ਸੀ ਬੱਚਾ ਉਹਨਾਂ ਦਾ ਹੀ ਹੈ ਪਰਸੋਂ ਇਹਨਾਂ ਨੇ ਇੱਕ ਦਿਨ ਪਹਿਲਾਂ ਮੈਨੂੰ ਫੋਨ ਲਾ ਕੇ ਦਿੱਤਾ ਮੇਰੇ ਫਾਦਰ ਨੂੰ ਕਿ ਉਹ ਮੇਰੇ ਕੱਪੜੇ ਦੇ ਕੇ ਜਾਣ ਆ ਕੇ ਪਹਿਲਾਂ ਮੈਂ ਪੇਕਿਆਂ 'ਤੇ ਰਹਿੰਦੀ ਸੀ ਇਸ ਕਰਕੇ ਮੇਰੇ ਕੱਪੜੇ ਮੇਰੇ ਪੇਕਿਆਂ 'ਤੇ ਸੀ ਮੇਰੇ ਅਤੇ ਮੇਰੇ ਬੱਚੇ ਦੇ ਇਹ ਮੇਰੇ ਪਾਪਾ ਪਰਸੋਂ ਕੱਪੜੇ ਦੇਣ ਆਏ ਸੀਗੇ ਸਾਡੇ ਘਰ ਮੈਨੂੰ ਨਹੀਂ ਸੀ ਪਤਾ ਮੇਰੇ ਪਾਪਾ ਕੱਪੜੇ ਦੇਣ ਆਏ ਹੋਏ ਨੇ ਇਹ ਬਾਹਰ ਗੇਟ 'ਤੇ ਖੜ੍ਹੇ ਸੀਗੇ ਮੈਨੂੰ ਇਹ ਕਮਰੇ 'ਚ ਦੁਪਹਿਰੇ ਤਾੜ ਦਿੰਦੇ ਸੀ ਮੇਰੇ ਬੇਟੀ ਦੇ ਨਾਲ ਇਹ ਮੈਂ ਕਮਰੇ 'ਚ ਸੀ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਪਾਪਾ ਬਾਹਰ ਆਏ ਹੋਏ ਨੇ ਇਹਨਾਂ ਨੇ ਮੇਨ ਗੇਟ ਨੂੰ ਲੌਕ ਲਾਇਆ ਹੋਇਆ ਸੀਗਾ
पापा मेरे बाहर करीब 2-3 घंटे बाहर खड़े रहे धुप विच। जो ये चले गए तो मैं बाद बुआ खोल के कहिंदे आपदे घर गल कर ला फोन पर। मैं फोन पर गल की तो मम्मा कहिंदे कि तेरे पापा बाहर आए ने, बुआ कत्तों नहीं खोलते पे तुसी। जो फिर बुआ खोलिया तो पापा आए तो इन्होंने लड़ाई झगड़ा शुरू कर दिता कि तेरा पापा क्यों आया है। पहला आप ही कहिंदे से आपदे पापा नूं सद, जो पापा आए तो लड़न लग पे सारे जाने। 13 तरीक तो कुटमार करनी शुरू करती। 4-5 दिन इन्हें मैनू बहुत कुटिया, इन्हें मैनू सवेरे शाम दोपहरे 3 टाइम कुटदा सी, मैनू बहुत कुटिया इन्हें मैनू। कुड़ी नू बहुत कपाउंदे सीगे, कुड़ी नू चक्कर नहीं सी दिंदे गे मैनू। कहिंदे सी इहनू एक कमरे च बंद रहन, ते उहनू एक कमरे च ताड़ी रखदे सी कुड़ी नू। उह ते कल्ली बैठी सारा दिन रोंदी रहिंदी सी बेचारी। उहनू चक्कर नहीं सी दिंदे, ना ही उहनू कुछ खाण नू दिंदे सी, ना ही पीण नू दिंदे सीगे, ना ही मैनू दुध पिआउण दिंदे सी उहनू। जदों रो रू के जब जाती सी उदों मैनू कहिंदे सी उहनू चक्क ला जा के आउण, उहनू चक्कर नहीं सी दिंदे मैनू। मैनू तो मेरी बेटी की मौत का इंसाफ चाहिए है। जिन्हें मेरी धी नू मारिया उन्हें सख्त सज़ा मिले। हाँ जी, मनिंदर सिंह है जी। वीर जी, जदों का बच्चे का जन्म होया सी, सतमाया बच्चा होया सी, इन्हां ने उस दिन तो ही नाता तोड़ दिता सी भैन नाल। असी इन्हां दे बड़ी मेहनत तरला किया, एको गल ते अड़दे सी साडा बच्चा नहीं हैगा। फिर बच्चा सतमाया होया, असी डॉक्टर ने गल की सी भी साडा जो मर्जी खर्चा हो जाए पर साडा बच्चा बचना चाहिए जी। तो उन्हें कोटकपुरे तो चंडीगढ़ हॉस्पिटल तो पहले मशीन मंगा ली सी उत्थे बच्चे लिए। फिर डॉक्टर की टीम ने परेड किया, गुड़िया का जन्म होया। माता पिता बहुत दुखी, तो गुड़िया ही बहुत रो रही थी उदों कि मेरे ना नाताचार होया तो एक कुछ कर नहीं रहा। तो फिर असं उन्होंने प्रूफ मंगे भी साड़ी बच्ची की आई डी प्रूफ दे दो सानू भी साड़ी बच्ची का इलाज तो सही हो सके, पर उन्हें साड़ी कोई गल नहीं सुनी। फिर उत्थे चंडीगढ़ बच्चे के हॉस्पिटल भी जमा कराया, उत्थे बच्ची ते बहुत खर्चा लगा मेरा। मैं कोई परवाह नहीं की, पर मेरी पूंजी नहीं सी इन्ना खर्चा करन दी। पर बच्ची का खर्चा तकरीबन 2-2.5 लाख रुपया आ चुका सी। हाँ जी, जन्म के टाइम पर, क्योंकि मशीन का खर्चा बहुत ज़्यादा सी। तो कोई सिस्टर के विआह तो जस्ट मेरे हिसाब ना जी 7-8 महीने के बच्चे गल हो गई सी जी। जो सिस्टर विआई सी उस तो ना मंथ बाद ही उन्हें अत्याचार करने शुरू कर दिते सी। असी सानू गुड़िया ने दस दी नहीं सी, इन्हें बोलना चलना सब कुछ बंद कर दिता सी। सिर्फ इन्हें हाँ जी वधिया जी बस इन्नी गल करती सी, होर कुछ नहीं दसदी सी। फिर इन्हें जो इन सहुरे ने अत्याचार इनते बाले किए, इन्हें अक के एक दिन सलवास दियां गोलियां खा लिया। इन्हें मैनू फोन किया, वीरे मैं आह काम कर लिया। मैं बहुत रोया अंदर वड़ के। फिर मैं दस्या सारे नूं भी आह काम करता। फिर असी गए कट्ठे होकर इतों, मैं दोस्त असी दो उन्हां लै गया, नाल माँ प्यो लग गया, मामिया लग गया। पर उन्होंने अगों जाके कहिंदे भी तुहाडी कुड़ी नूं कुछ नहीं होया, ये नखरे करती आ। फिर असी आपदी कुड़ी नूं लगाए उत्थों हॉस्पिटल च, नाल इहदे सहुरे नूं लगाए। वो जा नहीं रहा सी, उहदे मुंडे ने कहा तू कितें नहीं जाना, पर धक्के नाल लगाया सी पापा दे सामने। फिर उहदे सास सहुरे ने इन्ना ज़्यादा दलील किया, तुसीं नंग जो जो भी कुछ कर सकते उन्हें किया, बहुत रफ लैंग्वेज गल की पापा ने, बहुत बहुत माड़ा किया। फिर पापा दे गल पै गए आखिर ध्यान के। फिर पापा उत्थे खड़ गए वेड़े च, कहते तुम मैनू मार ही दो, मेरी धीआं नू भी मार दो तो मैनू मार दो। कहते कोई नहीं, वो तो टाइम आ लेंदे तेनू दस दें, तू जीरा कर। डैडी फिर मैनू फोन करे, पुत इन्ना मैनू मार देना। मैं डैडी नहीं तेनू मार दे, कुछ नहीं करते, मैं तो हौसला ही दे सकता सी, और मैं तो कुछ नहीं करता हौसले बिना, मैं तो कुछ नहीं है। फिर आखिर तो इन्ना उही काम करता जो डर से, इन्ना पापा के गल पै के पापा को कुटिया मारिया। पापा कुटिया मारिया तो पापा गेट तो इन्हें कढ़ता बहर। गेट तो कढ़न तो बाद इन्ना गुड़िया गुड़िया चीका मारती सी। डैडी मैनू फोन करता सी भी अंदर कुछ हो ही जाता है, पता नहीं की हो रहा, कुड़ी रोन दी, तुसी पहुँचो। पर मैं पहुँच नहीं सकता, ये मजबूरी सी मेरी बहुत ज़्यादा, क्योंकि मेरे कोई मोटरसाइकिल साधन भी नहीं सगा और भी मैं जा सकता, क्योंकि एक मोटरसाइकिल से घर के डैडी पहले ही जा चुके सी, तो जिहड़ा मेरा दोस्त सी नाला वो पहले ही कितने गया हो आपका मोटरसाइकिल लैके, तो इस करके मैं जा नहीं सकया। फिर पापा ने इन्ना कढ़िया, तो कुड़िया मैनू फिर पापा फोन करिए कुछ ना कुछ हो गया। फिर उत्थे ना कोई मेरा दोस्त सी, मैं उन्होंने फोन किया उत्थों, मैं पापा नूं बचाओ, पापा नूं फिर ना ब्लड बहुत ज़्यादा वध गया सी। फिर उन्होंने उत्थे माड़ा उत्थे हैगा आ कोई डॉक्टर उन्होंने पिंड, मैंने तो पता नहीं कौन आ जी, उन्दे कोल दवाई दवाई ना। तो मामा जी, फिर मामा जी नहीं पहुँच गए उत्थे, मामा जी ना फिर जाके देखिया भी आह गल आ भी गुरे आह गल हो गई आ। फिर मैनू 6:30 6:45 फोन आ गया अमनदीप का, कहिंदी वीरे मैं नागपिला हॉस्पिटल दे विच आ,
ਇਹਨਾਂ ਰਹਿਮਤ ਨੂੰ ਮਾਰ ਦਿੱਤਾ ਆ ਅਤੇ ਡੈਡੀ ਦੇ ਅਤੇ ਮੇਰੇ 'ਤੇ ਪਰਚਾ ਕਟਾਉਣ ਲੱਗੇ ਆ ਵੀ ਇਹਨਾਂ ਨੇ ਕੁੜੀ ਮਾਰੀ ਆ, ਕੁੜੀ ਨਾ ਮਾਰੀ ਆ। ਬਾਕੀ ਬਾਅਦ 'ਚ ਇਹਨੇ ਇੰਨੀ ਗੱਲ ਕਹੀ ਅਤੇ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਉਹਨੇ ਮਨਿੰਦਰ ਨੂੰ ਫੋਨ ਕਰ ਦਿੱਤਾ ਆ, ਉਹ ਕੁੜੀ ਨੂੰ ਛੱਡ ਕੇ ਭੱਜ ਗਏ ਉੱਥੇ। ਕੁੜੀ ਨੂੰ ਛੱਡ ਕੇ ਭੱਜ ਗਏ, ਫਿਰ ਕੁੜੀ ਮੈਨੂੰ ਫੋਨ ਕਰੀ ਆ ਵੀ ਵੀਰੇ ਮੈਨੂੰ ਬਚਾ ਲਾ। ਫਿਰ ਮੈਂ ਉੱਥੇ ਹੋਸਪਿਟਲ ਦੇ ਸਟਾਫ ਦੀਆਂ ਮਿੰਨਤਾਂ ਕੀਤੀਆਂ ਵੀ ਕੋਈ ਐਂਬੂਲੈਂਸ ਕਰਾ ਦਿਉ, ਜਿੰਨਾ ਤੁਹਾਨੂੰ ਪੈਸਾ ਚਾਹੀਦਾ ਤੁਹਾਡੇ ਅਕਾਊਂਟ 'ਚ ਹੁਣੇ ਟ੍ਰਾਂਸਫਰ ਹੋ ਜੂਗਾ, ਸਾਡਾ ਬੱਚਾ ਬਚਾ ਦਿਉ। ਬਹੁਤ ਮੈਂ ਰੋਇਆ ਕਰ ਲਾਇਆ ਕਿਉਂਕਿ ਬੱਚੇ 'ਤੇ ਪਹਿਲਾਂ ਬਹੁਤ ਪੈਸਾ ਲਾ ਚੁੱਕਾ ਸੀ, ਮੈਂ ਗਵਾਉਣਾ ਨਹੀਂ ਚਾਹੁੰਦਾ ਸੀ ਉਹਨੂੰ ਜਿੰਨਾ ਕੁ ਉਹਨੇ ਮੈਂ ਖਰਚਾ ਕੀਤਾ ਸੀ। ਪਰ ਉਹ ਕਹਿੰਦੇ ਡੈਡਾ ਬੱਚਾ ਤੁਹਾਡਾ, ਮੈਂ ਕਿਹਾ ਚਲੋ ਮੇਰੀ ਭੈਣ ਨੂੰ ਬਚਾ ਦਿਉ, ਬੱਚੇ ਨੂੰ ਤਾਂ ਚਲੋ ਜਾਣਾ ਸੀ ਹੋ ਗਿਆ ਹੁਣ। ਫਿਰ ਉਹਨਾਂ 'ਚ ਮਾਮਾ ਜੀ ਨੇ ਉੱਥੇ ਪਹੁੰਚ ਗਏ, ਫਿਰ ਉਹਨਾਂ ਨੂੰ ਗੁੜੀਆਂ ਨੂੰ ਸੰਭਾਲ ਲਿਆ ਉੱਥੇ, ਗੁੜੀਆਂ ਨੂੰ ਸੰਭਾਲ ਲਿਆ। ਮੈਂ ਇਸ ਤੋਂ ਬਾਅਦ ਕੁਛ ਬੋਲ ਨਹੀਂ ਸਕਦਾ ਜੀ, ਮੇਰੇ ਤੋਂ ਕੁਛ ਨਹੀਂ ਹੈਗਾ ਬੋਲਣ ਲਈ ਇਸ ਤੋਂ ਬਾਅਦ। ਉਹ ਸਾਨੂੰ ਇਹ ਇਤਲਾਹ ਮਿਲੀ ਸੀਗੀ, ਫੌਜੀ ਸਤਨਾਮ ਸਿੰਘ ਪੁੱਤਰ ਸੁਖਚੈਨ ਸਿੰਘ ਆਰਮੀ ਜੋਬ ਕਰਦਾ ਛੁੱਟੀ ਆਇਆ ਸੀ, ਦੋਨਾਂ ਮੀਆਂ ਬੀਬੀ ਦਾ ਝਗੜਾ ਸੀ ਅਤੇ ਮੀਆਂ ਬੀਬੀ ਦੇ ਝਗੜੇ ਦੇ ਵਜ੍ਹਾ ਕਾਰਨ ਉਹਦੀ 10 ਮਹੀਨੇ ਦੀ ਬੱਚੀ ਸੀ। ਉਹਦੀ ਵਾਈਫ ਨੇ ਸਾਨੂੰ ਇਹ ਲਿਖਵਾਇਆ ਕਿ ਮੇਰੀ ਬੱਚੀ ਨੂੰ ਮੇਰੇ ਪਤੀ ਨੇ ਔਰ ਮੇਰੇ ਸਹੁਰੇ ਨੇ ਅਤੇ ਮੇਰੀ ਸੱਸ ਨੇ ਉਹ ਲੱਤਾਂ ਤੋਂ ਫੜ ਕੇ ਪਟਕਾ ਕੇ ਮਾਰਿਆ, ਜਿਸ ਦੇ ਕਾਰਨ ਉਹ ਬੱਚੀ ਦੀ ਇਮੀਡੀਏਟਲੀ ਮੌਤ ਹੋ ਗਈ ਹੈ। ਅਸੀਂ ਉਹਦੀ ਵਾਈਫ ਦੇ ਬਿਆਨ 'ਤੇ ਪਰਚਾ ਦਰਜ ਕਰ ਲਿਆ। ਫੌਜੀ ਸੁਖਚੈਨ ਸਿੰਘ ਸਤਨਾਮ ਸਿੰਘ ਪੁੱਤਰ ਸੁਖਚੈਨ ਸਿੰਘ ਉਹਦੀ ਮਾਤਾ ਅਤੇ ਉਹਦੇ ਫਾਦਰ 'ਤੇ 302 ਦਾ ਪਰਚਾ ਦਰਜ ਕੀਤਾ। ਇਹ ਰਣਜੀਤਗੜ੍ਹ ਝੁੱਗੇ ਪਿੰਡ ਦੇ ਰਹਿਣ ਵਾਲੇ ਹੈ। ਜਿਹੜੀ ਵਾਈਫ ਲੜਕੀ ਹੈ ਉਹ ਹੈਗੀ ਆ ਲੱਖੋ ਕੇ ਬਹਿਰਾਮ ਪਿੰਡ ਦੀ। ਨਹੀਂ ਜੀ, ਅਸੀਂ ਛਾਪੇਮਾਰੀ ਕਰ ਰਹੇ ਹਾਂ, ਸਾਨੂੰ ਉਮੀਦ ਆ ਅੱਜ ਅਸੀਂ ਹਰ ਹਾਲਤ ਅਰੈਸਟ ਕਰ ਲਵਾਂਗੇ।